ਕੰਬੋਡੀਆ ਵਿੱਚ ਭਾਰਤੀ ਦੂਤਖਾਨ ਵੱਲੋਂ ਧੋਖੇਬਾਜ਼ ਮਾਲਕਾਂ ਤੋਂ ਬਚਾਏ ਗਏ 60 ਭਾਰਤੀ ਨਾਗਰਿਕਾਂ ਦਾ ਪਹਿਲਾ ਜਥਾ ਕੱਲ ਭਾਰਤ ਪਰਤਿਆ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਫਨੋਮਪੇਨ ਵਿੱਚ ਪੈਂਦੇ ਭਾਰਤੀ ਦੂਤਖਾਨ ਨੇ ਕੰਬੋਡੀਆ ਦੇ ਅਧਿਕਾਰੀਆਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ ਕੰਬੋਡੀਆ ਨੇ ਧੋਖਾਧੜੀ ਦੇ 60 ਪੀੜਤਾਂ ਨੂੰ ਘਰ ਵਾਪਸ ਜਾਣ ਵਿੱਚ ਸਹਾਇਤਾ ਕੀਤੀ ਅਤੇ ਕਾਨੂੰਨੀ ਕਾਗਜ਼ੀ ਕਾਰਵਾਈ ਵਿੱਚ ਵੀ ਡਟ ਕੇ ਮਦਦ ਕੀਤੀ